बिस्मिल्लाहिर्रहमानिर्रहीम, मैं फरोख इफ्तखार ते तुसीं देख रहे हो यूट्यूब चैनल खेती.com। दोस्तों, मैं इस वक्त अपने जाती फील्ड च मौजूद हाँ। इस फील्ड च मैं प्याज दे बल्ब काश्त किए। इहदा रिजल्ट एंड ते जो भी निकले, इहदे तों कुछ अर्न होए ना होए, वह एक अलग सीन है। लेकिन इस वीडियो बनाने का मकसद यह है कि असी किसी भी मौसम दे विच जिहड़ी बूटियां नूं किस तरह बेहतरीन हद तक कंट्रोल कर सकते हैं। इस फील्ड च कोई 20 तों 25 दिन पहले मैं यह बल्ब काश्त किए थे। इनूं कम अज़ कम 4 पानी लग चुके हैं। यह जिहड़ा पानी तुसीं खेलियां ही देख रहे हो, यह बारिश का है। तो दिखाने का मकसद यह है कि इहदे विच तुहानूं किसी भी जगह के उत्ते जड़ी बूटी नज़र नहीं आएगी बारिशों के बावजूद। यह एक खैर अलग सीन है। यह मैं तुहानूं दिखाता चलदा। चलो, यह गोभी की पनीरी काश्त की है। ਇਹ ਵੀ ਬਾਰਿਸ਼ ਤੋਂ ਬਚਾਓ ਵਾਸਤੇ ਅਤੇ ਗਰਮੀ ਦੀ ਸ਼ਿੱਦਤ ਤੋਂ ਬਚਾਓ ਵਾਸਤੇ ਮੈਂ ਇਹਦੇ ਉੱਪਰ ਜ਼ਰਾ ਸਿਰਕੀਆਂ ਦਾ ਇਸਤੇਮਾਲ ਕੀਤਾ ਸੀ। ਅਤੇ ਇਸ ਟਾਈਮ ਜਿਹੜੀ ਬੂਟੀਆਂ ਦੀ ਸੂਰਤ ਹਾਲ ਹੈ ਉਹ ਇਸ ਫੀਲਡ ਦੇ ਵਿੱਚ ਬਿਲਕੁਲ ਜ਼ੀਰੋ ਹੈ। ਇਹ ਹਾਲਾਂਕਿ ਇਹ ਮੌਸਮ ਹੈ ਇਟਸਿਟ ਦਾ, ਸਵੰਕੀ ਦਾ, ਅਤੇ ਬਹੁਤ ਸਾਰੀ ਮੌਸਮੀ ਜੜੀ ਬੂਟੀਆਂ ਜਿਹੜੀਆਂ ਇਸ ਮੌਸਮ ਦੇ ਵਿੱਚ, ਬਾਰਿਸ਼ ਮੌਸਮ ਦੇ ਵਿੱਚ, ਅਤੇ ਬਹੁਤ ਤੇਜ਼ੀ ਨਾਲ ਗਰੋਥ ਵੀ ਕਰਦੀਆਂ ਨੇ। ਲੇਕਿਨ ਇਸ ਫੀਲਡ ਦੇ ਵਿੱਚ ਤੁਹਾਨੂੰ ਕਿਸੇ ਜਗ੍ਹਾ ਦੇ ਉੱਤੇ ਜਿਹੜੀ ਬੂਟੀ ਦਾ ਨਾਮ ਨਿਸ਼ਾਨ ਨਜ਼ਰ ਨਹੀਂ ਆ ਰਿਹਾ। ਇਹ ਪ੍ਰੈਕਟਿਸ ਇਹ ਕੀਤੀ ਗਈ ਹੈ ਕਿ ਜਿਸ ਟਾਈਮ ਜ਼ਮੀਨ ਤਿਆਰ ਕੀਤੀ ਹੈ ਨਾ ਜੀ, ਲੇਜ਼ਰ ਤੋਂ ਬਾਅਦ ਮੈਂ ਇਹਦੇ ਵਿੱਚ ਪੈਂਡੀਮੈਥਲੀਨ ਦਾ ਸਪਰੇਅ ਕਰਕੇ ਇਹਦੇ ਉੱਪਰ 2 ਹਲ ਚਲਾ ਦਿੱਤੇ। ਪੈਂਡੀਮੈਥਲੀਨ ਅੱਛੀ ਤਰ੍ਹਾਂ ਮਿੱਟੀ ਵਿੱਚ ਮਿਕਸ ਹੋਣ ਤੋਂ ਬਾਅਦ ਖੇਲੀਆਂ ਕੱਢੀਆਂ ਗਈਆਂ। ਉਸ ਤੋਂ ਬਾਅਦ ਇਹਦੇ ਵਿੱਚ ਪਿਆਜ਼ ਦੀ ਕਾਸ਼ਤ ਕਰਕੇ ਪਾਣੀ ਲਗਾਉਣ ਤੋਂ ਬਾਅਦ ਜਿਵੇਂ ਹੀ ਵੱਤਰ ਹਾਲਤ ਦੇ ਵਿੱਚ, ਜਿਸ ਤਰ੍ਹਾਂ ਅਸੀਂ ਆਮ ਤੌਰ 'ਤੇ ਪੈਂਡੀ ਸੀਟਾਂ ਕਾਟਨ ਦੇ ਵਿੱਚ ਸਪਰੇਅ ਕਰਦੇ ਹਾਂ, ਉਸ ਹਾਲਤ ਦੇ ਵਿੱਚ ਮੈਂ ਇਹਦੇ ਉੱਪਰ ਇਸ ਮਟੋਲਾ ਕਲੋਰ ਦਾ ਸਪਰੇਅ ਕਰ ਦਿੱਤਾ। ਇਹ ਰਿਜ਼ਲਟ ਤੁਹਾਡੇ ਸਾਹਮਣੇ ਆਇਆ। ਬਿਲਕੁਲ ਨਾਲ ਹੀ ਫੀਲਡ ਹੈ, ਇੱਥੇ ਵੀ ਪਿਆਜ਼ ਹੀ ਕਾਸ਼ਤ ਕੀਤਾ ਗਿਆ, ਲੇਕਿਨ ਇਹਦੇ ਵਿੱਚ ਕੋਈ ਇਸ ਕਿਸਮ ਦਾ ਸਪਰੇਅ ਨਹੀਂ ਕੀਤਾ ਗਿਆ। ਜਿਹੜੇ ਮੇਰੇ ਦੋਸਤ ਭਰਾ ਨੂੰ ਅਕਸਰ ਹੁੰਦਾ ਕਿ ਯਾਰ ਇਹ ਸਪਰੇਅ ਦਾ ਰਿਜ਼ਲਟ ਨਹੀਂ ਆਉਂਦਾ ਜਿਹੜੀ ਬੂਟੀ ਉਗਾਉਂਦੀ ਆ, ਉਹ ਇੱਥੇ ਵਾਜ਼ੇ ਫਰਕ ਦੇਖ ਸਕਦੇ ਆ। ਇਹਦੇ 'ਚੋਂ ਤਾਂ ਤੁਸੀਂ ਪਿਆਜ਼ ਨਹੀਂ ਲੱਭ ਸਕਦੇ ਕਮ ਅਜ਼ ਕਮ। ਇੱਥੇ ਵੀ ਪਿਆਜ਼ ਕਾਸ਼ਤ ਕੀਤਾ ਗਿਆ, ਲੇਕਿਨ ਇੱਥੇ ਨਰਸਰੀ ਸ਼ਿਫਟ ਕੀਤੀ ਗਈ ਹੈ, ਇੱਥੇ ਬਲਬ ਨਹੀਂ ਲਗਾਇਆ ਗਿਆ। ਉਹ ਗਰਮੀ ਦੀ ਸ਼ਿੱਦਤ ਦੀ ਵਜ੍ਹਾ ਨਾਲ ਉਹ ਤਕਰੀਬਨ ਤਲਫ ਹੋ ਗਈ ਹੈ, ਡੈਮੇਜ ਹੋ ਗਈ ਹੈ। ਬਹੁਤ ਘੱਟ ਨੇ ਪੌਦੇ ਜਿਹੜੇ ਇਸ ਟਾਈਮ ਬਚੇ ਨੇ। ਲੇਕਿਨ ਇਹ ਬਿਲਕੁਲ ਨਾਲ ਫੀਲਡ ਹੈ, ਇੱਥੇ ਅਸੀਂ ਇੱਕ ਛੋਟਾ ਜਿਹਾ ਖਰਚਾ ਕਰਕੇ, ਇੱਕ ਛੋਟੀ ਜਿਹੀ ਪ੍ਰੈਕਟਿਸ ਦੇ ਨਾਲ ਅਸੀਂ ਇੱਥੋਂ ਜਿਹੜੀ ਬੂਟੀਆਂ ਤੋਂ ਬਿਲਕੁਲ ਬਚ ਗਏ ਹਾਂ। ਇਹ ਮੇਰਾ ਨਜ਼ਾਰਾ ਆ ਰਿਹਾ ਵਾ, ਇਹ ਗੌਰ ਕਰੋ। ਅਗਰ ਇੱਥੇ ਜਿਹੜੀ ਬੂਟੀਆਂ ਹੁੰਦੀਆਂ ਨਾ, ਤਾਂ ਇਹਨੇ ਇਹਨੂੰ ਨਹੀਂ ਸੀ ਆਉਣਾ, ਇਹਨੇ ਉਹ ਪਰਲਿਆ ਫਾਟਾ ਲੈ ਕੇ ਨਾ ਦੂਸਰੀ ਸਾਈਡ 'ਤੇ ਨਿਕਲ ਜਾਣਾ ਸੀ।